ਸਤਿ ਸ਼੍ਰੀ ਅਕਾਲ ਜੀ, ਆਇਲਸ ਐਂਡ ਟਰੈਵਲ ਦੇ ਇੱਕ ਨਵੇਂ ਵੀਡੀਓ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਦੇ ਵੀਡੀਓ ਵਿੱਚ ਇੱਕ ਵੱਡਾ ਅਪਡੇਟ ਡਿਸਕਸ ਕਰਾਂਗੇ ਜਿਹੜਾ ਕਿ ਕੈਨੇਡਾ ਜਾਣ ਵਾਲਿਆਂ ਲਈ ਬਹੁਤ ਹੀ ਇੰਪੋਰਟੈਂਟ ਹੈ। ਕੈਨੇਡਾ ਜਾਣ ਵਾਲਿਆਂ ਲਈ ਇੱਕ ਵੱਡਾ ਅਪਡੇਟ ਹੈ ਜਿਹੜਾ ਕਿ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਦਿੱਤਾ ਗਿਆ ਹੈ। ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 1 ਅਕਤੂਬਰ ਤੋਂ ਬਾਇਓਮੈਟ੍ਰਿਕ ਦੇ ਐਡੀਸ਼ਨਲ ਸਲੋਟਸ ਐਡ ਕੀਤੇ ਜਾਣਗੇ। ਉਹਨਾਂ ਨੇ ਦੱਸਿਆ ਕਿ ਪੀਪਲ ਆਪਣੇ ਬਾਇਓਮੈਟ੍ਰਿਕ ਦੇ ਡਿਜ਼ਾਇਰ ਸਲੋਟਸ ਬੁੱਕ ਨਹੀਂ ਕਰ ਪਾ ਰਹੇ ਅਤੇ ਉਹਨਾਂ ਨੂੰ ਬਾਇਓਮੈਟ੍ਰਿਕਸ ਦੀਆਂ ਡੇਟ ਕਾਫੀ ਲੰਮੀਆਂ ਮਿਲ ਰਹੀਆਂ ਨੇ। ਕੈਨੇਡਾ ਜਾਣ ਵਾਲਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ, ਹੁਣ ਕੈਨੇਡਾ ਲਈ ਬਾਇਓਮੈਟ੍ਰਿਕਸ ਦੇ ਐਡੀਸ਼ਨਲ ਸਲੋਟਸ ਪ੍ਰੋਵਾਈਡ ਕੀਤੇ ਜਾਣਗੇ। ਜਿਨ੍ਹਾਂ ਨੂੰ ਕੈਨੇਡਾ ਦੀ ਬਾਇਓਮੈਟ੍ਰਿਕਸ ਦੀਆਂ ਨੇੜੇ ਦੀਆਂ ਡੇਟਸ ਨਹੀਂ ਮਿਲ ਰਹੀਆਂ ਸੀ, ਹੁਣ ਉਹਨਾਂ ਲਈ ਐਡੀਸ਼ਨਲ ਸਲੋਟ ਪ੍ਰੋਵਾਈਡ ਕੀਤੇ ਜਾਣਗੇ ਅਤੇ ਉਹ ਆਪਣੀ ਇੱਛਾ ਅਨੁਸਾਰ ਆਪਣੇ ਨੇੜੇ ਦੀ ਡੇਟ ਦੀ ਅਪਾਇੰਟਮੈਂਟ ਬੁੱਕ ਕਰ ਸਕਣਗੇ। ਅੱਗੇ ਗੱਲ ਕਰਦੇ ਜੋ ਟਰੈਵਲਰਸ ਪੁੱਛ ਰਹੇ ਸੀ ਕਿ ਕੋਵੈਕਸਿਨ ਵਾਲੇ ਕੈਨੇਡਾ ਜਾ ਸਕਦੇ ਆ ਜਾਂ ਨਹੀਂ, ਇੱਕ PDF ਆ ਜਿਹਦੇ ਵਿੱਚ ਵੱਖ ਵੱਖ ਦੇਸ਼ਾਂ ਦੀਆਂ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ। ਉਹ PDF ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲ ਜੂਗਾ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਉੱਥੋਂ ਜਾ ਕੇ ਤੁਸੀਂ ਉਹ PDF ਡਾਊਨਲੋਡ ਕਰ ਸਕਦੇ ਹੋ। ਹੁਣ ਗੱਲ ਕਰਦੇ ਆ ਅਨਵੈਕਸੀਨੇਟਡ ਬੱਚੇ ਨੇ ਜੋ ਕੈਨੇਡਾ ਵਿੱਚ ਇੰਟਰ ਕਰ ਸਕਦੇ ਆ ਜਾਂ ਨਹੀਂ। ਕੈਨੇਡਾ ਨੇ ਜੋ ਬੱਚਿਆਂ ਲਈ ਗਾਈਡਲਾਈਨਸ ਦਿੱਤੀਆਂ ਨੇ ਉਹਨਾਂ ਵਿੱਚ ਵੈਕਸੀਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਅਤੇ ਉਹਨਾਂ ਗਾਈਡਲਾਈਨਸ ਵਿੱਚ ਸਿਰਫ ਕੁਆਰੰਟੀਨ ਦਾ ਜ਼ਿਕਰ ਕੀਤਾ ਗਿਆ, ਜਿਹਦੇ ਵਿੱਚ ਦੱਸਿਆ ਗਿਆ ਕਿ 5 ਸਾਲ ਤੋਂ ਉੱਪਰ ਦੇ ਬੱਚੇ ਆ ਜੋ ਉਹਨਾਂ ਨੂੰ ਕੁਆਰੰਟੀਨ ਕਰਨਾ ਪਵੇਗਾ। ਗਾਈਡਲਾਈਨਸ ਵਿੱਚ ਦੱਸਿਆ ਗਿਆ ਕਿ ਪ੍ਰੀ ਡਿਪਾਰਚਰ ਅਰਾਈਵਲ ਅਤੇ ਕੁਆਰੰਟੀਨ ਦੇ ਦੌਰਾਨ 8ਵੇਂ ਦਿਨ ਕੋਵਿਡ ਦਾ ਟੈਸਟ ਕੀਤਾ ਜਾਵੇਗਾ। ਬੱਚਿਆਂ ਲਈ ਜੋ ਗਾਈਡਲਾਈਨਸ ਵਿੱਚ ਜ਼ਿਕਰ ਕੀਤਾ ਗਿਆ ਉਹ ਸਿਰਫ ਉਹਨਾਂ ਦੇ ਪੇਰੈਂਟਸ ਦੇ ਫੁੱਲੀ ਵੈਕਸੀਨੇਟਡ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਜੇਕਰ ਇਸ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੈ ਤਾਂ ਉਹ ਪਲੀਜ਼ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨ। ਸੋ ਅੱਜ ਦੇ ਵੀਡੀਓ ਵਿੱਚ ਇੰਨਾ ਹੀ। ਜੇਕਰ ਟਰੈਵਲ ਨੂੰ ਲੈ ਕੇ ਕੋਈ ਹੋਰ ਵੱਡਾ ਅਪਡੇਟ ਆਉਂਦਾ ਤਾਂ ਅਸੀਂ ਇਸ ਚੈਨਲ 'ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਧੰਨਵਾਦ।